ਤੁਹਾਨੂੰ ਇੱਕ ਹੋਰ ਮੂਚਲਾਂ ਦੀ ਤਸਵੀਰ ਦਿਖਾ ਰਿਹਾ ਵਾਂ। ਇਹ ਬਕਸਾ ਖੁੱਲ੍ਹੀ ਦਾਵਤ ਦੇ ਰਿਹਾ ਮੌਤ ਨੂੰ, ਉਡੀਕ ਕਰ ਰਿਹਾ ਆਓ ਮੇਰੇ ਨਾਲ ਚਿਮੜੋ ਅਤੇ ਮਰ ਜਾਓ। ਇਹ ਉਹ ਨੰਗੀਆਂ ਤਾਰਾਂ, ਇਹ ਨੰਗੇ ਫਿਊਜ, ਕੋਈ ਟੇਪ ਨਹੀਂ ਕੀਤੀ ਹੋਈ, ਕੁਛ ਨਹੀਂ ਕੀਤਾ ਹੋਇਆ। ਇਹ ਤਸਵੀਰ ਤੁਹਾਨੂੰ ਦਿਖਾਈ ਜਾ ਰਹੀ ਹੈ ਕਿ ਆਖਿਰ ਕਿਉਂ ਦਾਵਤ ਦਿੱਤੀ ਜਾ ਰਹੀ ਬਾਈ ਜੀ? 10 ਦਿਨ ਤੋਂ ਕੰਪਲੇਂਟ ਕਰ ਰਿਹਾ ਜੀ, SDO ਸਾਹਿਬ ਨੂੰ ਕਿੰਨੇ ਹੀ ਫੋਨ ਕਰ ਛੱਡੇ ਨੇ, ਉਹਨਾਂ ਨੂੰ ਫੋਟੋ ਵੀ ਭੇਜੀ ਆ, ਕੋਈ ਬੰਦਾ ਨਹੀਂ, ਕੋਈ ਸੁਣਵਾਈ ਨਹੀਂ। ਫਿਰ ਤਾਂ ਕਹਿ ਸਕਦੇ ਯਮਰਾਜ ਹੀ ਕੋਲ ਖੜਾ ਤੁਹਾਡੇ? ਬਿਲਕੁਲ ਖੜਾ। ਇਹ ਤਾਂ ਜੀ ਰੀਡਰ ਆਇਆ ਸੀ, ਰੀਡਰ ਨੇ ਇਹਦਾ ਟੱਕਰ ਉਤਾਰਿਆ, ਇਹਦਾ ਲੜਕੇ ਆਇਆ ਸੀ, ਬੰਨਿਆ ਹੋਇਆ ਸੀ, ਰੀਡਰ ਨੇ ਟੱਕਰ ਉਤਾਰਿਆ, ਨੀਚੇ ਰੱਖਤਾ ਤਾਂ ਕਬਾੜੀਏ ਚੱਕ ਕੇ ਲੈ ਗਿਆ। ਉਸ ਤੋਂ ਬਾਅਦ ਇਹਨੂੰ ਕਿੰਨੀ ਵਾਰੀ ਕੰਪਲੇਂਟ ਲਿਖਾ ਚੁੱਕੀ ਹੈ ਤਾਂ ਕੋਈ ਠੀਕ ਕਰਨੀ ਆ ਰਿਹਾ। ਗੱਲ ਕਹਾਂ, ਸ਼ੁਕਰ ਕਰੋ ਕਬਾੜੀ ਚੱਕ ਕੇ ਲੈ ਗਿਆ, ਤਾਰ ਦੇਖ ਰਹੇ ਤੁਸੀਂ? ਹਾਂਜੀ ਹਾਂਜੀ। ਇੱਕ ਟੱਕਰ ਨਾਲ ਲੱਗੀ ਹੁੰਦੀ, ਰੀਡਰ ਵੀ ਖੋਲਦਾ, ਰੀਡਰ ਵੀ ਗਿਆ। ਰੀਡਰ ਕਿੰਨੀ ਵਾਰੀ ਆਇਆ ਉਹ ਕੰਪਲੇਂਟ ਤਾਂ ਰੀਡਰ ਨੂੰ ਵੀ ਚਾਹੀਦਾ, ਜੇ ਆ ਰਿਹਾ ਉਹਨੂੰ ਖੋਲ ਰਿਹਾ, ਮੀਟਰ ਚੈੱਕ ਕਰ ਰਿਹਾ, ਪਰ ਉਹਨੂੰ ਠੀਕ ਕਰਾਵੇ। ਰੀਡਰ ਪਰ ਰੀਡਿੰਗ ਲੈਣ ਆਉਂਦਾ ਜੀ, ਉਹ ਕੋਨੇ ਕਾਰਵਾਈ ਕਿੱਥੋਂ ਕਰਾਉਣੀ ਭਾਜੀ? ਫਿਰ ਅਸੀਂ ਵੀ ਕੰਪਲੇਂਟ ਕਿੰਨੀ ਵਾਰੀ SDO ਸਰ ਨੂੰ ਫੋਨ ਕਰ ਚੁੱਕੇ ਹਾਂ। ਰੀਡਰ ਦੇ ਵਿੱਚ ਇਨਸਾਨੀਅਤ ਹੁੰਦੀ ਨਾ, ਸਾਨੂੰ ਪਹਿਲੇ ਬਕਸਾ ਬਦਲਾ ਦਿੰਦਾ, ਫੋਟੋ ਪਾ ਦਿੰਦਾ ਆਪਣੇ ਚੀਫ ਨੂੰ। ਹਾਂਜੀ ਸਰ, ਕਰਾਉਣਾ ਚਾਹੀਦਾ ਨਾ, ਹੁਣ ਇਹਨਾਂ SDO ਸਰ ਨੂੰ ਵੀ ਫੋਨ, ਫੋਟੋ ਵੀ ਪਾਈ ਹੈ ਅਤੇ ਫੋਨ ਵੀ ਕੀਤੇ ਆ, ਕਿੰਨੇ ਵਾਰੀ 3-4 ਵਾਰੀ 5 ਵਾਰੀ ਫੋਨ ਕੀਤੇ ਆ। ਹਾਂਜੀ, ਮਤਲਬ ਤੁਸੀਂ ਯਮਰਾਜ ਦੇ ਕੋਲ ਹੀ ਖੜੇ? ਕੀ ਕਰ ਸਕਦੇ ਹਾਂ ਹੁਣ ਸਰ, ਆਪਾਂ ਤਾਂ ਕੰਪਲੇਂਟ ਹੀ ਕਰ ਸਕਦੇ ਹਾਂ, ਹੁਣ ਆਪਣੇ ਹੱਥ 'ਤੇ ਥੋੜ੍ਹੀ ਹੈ, ਆਪਣੇ ਹੱਥ 'ਤੇ ਜੋ ਹੈ ਅਸੀਂ ਤਾਂ ਆਪ ਹੀ ਕਰਾ ਦਈਏ। ਯਮਰਾਜ ਦੇ ਕੋਲ, ਯਮਰਾਜ ਦੇ ਕੋਲ ਖੜੇ ਨੇ, ਯਮਰਾਜ ਸਾਹਿਬ ਜਿਹੜੇ ਨੇ ਖੜੇ ਨੇ ਕੋਲ ਅਤੇ ਕਹਿ ਰਹੇ ਨੇ ਆਓ ਮੈਂ ਤੁਹਾਨੂੰ ਨਾਲ ਲੈ ਕੇ ਚੱਲਾਂ। ਇੱਕ ਨਾਲ ਹੀ ਗਲੀ ਉਹ ਦਿਖਾ ਰਿਹਾ ਤੁਹਾਨੂੰ ਮੈਂ, ਇਹ ਹਾਲਾਤ ਦਿਖਾ ਸਕਦਾ ਤੁਹਾਨੂੰ ਮੈਂ, ਇਹ ਜੰਜਾਲ ਦਿਖਾ ਰਿਹਾ ਬਾਈ। ਯਮਰਾਜ ਅੱਜ ਕੱਲ੍ਹ ਗਲੀਆਂ 'ਚ ਘੁੰਮ ਰਹੇ ਨੇ ਮੇਰੇ ਖਿਆਲ ਨਾਲ। ਬਿਲਕੁਲ ਭਾਜੀ, ਇਹ ਜ਼ਿਆਦਾ ਨਵੀਂ ਇਹਨਾਂ ਨੇ ਲਗਵਾਈ ਹੈ, ਕਹਿੰਦੇ ਜੀ ਕਦੋਂ ਘਰ ਤੋਂ ਮੀਟਰ ਹਟਾ ਕੇ ਅਸੀਂ ਇੱਥੇ ਇੱਕ ਬਕਸਾ ਲਵਾ ਦਿੰਦੇ। ਬਕਸਾ ਲਵਾਉਣ ਤੋਂ ਬਾਅਦ ਤਾਰਾਂ ਇਹਨਾਂ ਨੇ ਇੱਦਾਂ ਹੀ ਜੋ ਵੀ ਹੈ ਲਾ ਕੇ ਚਲੇ ਗਏ ਆ, ਆਹ ਮਹੱਲੇ ਵਾਲੇ ਨੇ ਤਾਰਾਂ ਬੰਨ ਬੰਨ ਕੇ ਆਪਣੇ ਆਪ ਸਹੀ ਕੀਤੀਆਂ ਭਾਜੀ। ਬਿਲਕੁਲ ਅੰਦਰ ਦੇਖੋ, ਪੂਰਾ ਜਾ ਕੇ ਬਿਲਕੁਲ ਬੁਰਾ ਹਾਲ ਹੈ ਜੀ ਮੇਰੇ। ਲੁਧਿਆਣਾ ਸ਼ਹਿਰ ਦੇ ਹਾਲਾਤ ਦਿਖਾਏ ਜਾ ਰਹੇ, ਜੋ ਹਾਲਾਤ ਨੇ ਲੁਧਿਆਣਾ ਸ਼ਹਿਰ ਦੇ ਉਹ ਹਾਲਾਤ ਨੇ ਕਿ ਹੁਣ ਦੇਖਦੇ ਹਾਂ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਹੁਣ ਐਕਸੀਅਤ ਚੀਫ ਕੀ ਕਾਰਵਾਈ ਕਰਨਗੇ, ਕਿ ਇਹਨੂੰ ਬਦਲਣਗੇ ਜਾਂ ਸੇਫਟੀ ਮੈਜਰਮੈਂਟ ਦੇ ਹਿਸਾਬ ਦੇ ਨਾਲ ਇਹਨਾਂ ਦਾ ਕੋਈ ਪ੍ਰਪੋਸ਼ਨ ਕਰਨਗੇ ਲੁਧਿਆਣਾ। ਕੈਮਰਾ ਧਰਮੇ ਨਾਲ ਵਿਸ਼ਾਲ ਕਪੂਰ, ਲੁਧਿਆਣਾ ਲਾਈਵ।